ਮਾਇਆ ਹੁਣ ਇੱਕ ਵੀਡੀਓ ਵੇਖ ਘਟਿਆ ਇਹ ਜਿਹੜੇ ਪੰਜਾਬ ਦੇ ਮੀਡੀਆ ਚੈਨਲ ਤੇ ਆ ਪੰਜਾਬ ਦਾ ਹੀ ਬੰਦਾ ਏ ਪੰਜਾਬੀ ਬੋਲੀ ਜਾਂਦਾ ਤੇ ਪੰਜਾਬ ਦੀ ਪੁਲਿਸ ਨੇ ਲੈ ਕੇ ਜਾ ਰਹੀ ਆ ਇਹ ਗਰੀਬ ਬੰਦਾ ਜਿਹਦੇ ਕੋਲ ਆਪਦੀ ਥਾਂ ਵੀ ਨਹੀਂ ਹੋਣੀ ਤੇ ਇਹਨੇ ਪੱਲੜਾਂ ਦਾ ਆਪਦਾ ਘਰ ਪਾਇਆ ਉੱਥੇ ਜੀਸੀਪੀ ਹੁੰਦੀ ਏ ਜਿਹੜੀ ਉਹ ਆ ਕੇ ਢਾਈ ਜਾਂਦੀ ਆ ਕਿਉਂ ਕਹੀ ਜਾਂਦਾ ਮੈਨੂੰ ਛੱਡ ਦੋ ਮੇਰਾ ਤਿੰਨਾਰੀ ਘਾਟਾ ਦਿੱਤਾ ਮੇਰਾ ਤਿੰਨਾਰੀ ਘਾਟਾ ਦਿੱਤਾ ਥੱਲੋਂ ਮੈਂ ਕਮੈਂਟ ਪੜੇ ਜਿਹੜੇ ਆਮ ਆਦਮੀ ਪਾਰਟੀ ਦੇ ਸੀ ਉਹਨਾਂ ਨੇ ਥੱਲੇ ਲਿਖਿਆ ਕੋਈ ਹਾਲ ਨਹੀਂ ਲੋਕਾਂ ਦਾ ਜੇ ਤੱਕ ਕਬਜ਼ਾ ਛਡਾਈਏ ਤਾਂ ਮਾੜੇ ਵਜਦੇ ਆ ਤੇ ਜੇਕਰ ਨਹੀਂ ਛਡਾਉਂਦੇ ਫਿਰ ਕਹਿੰਦੇ ਆ ਸਰਕਾਰ ਸੁੱਤੀ ਪਈ ਆ ਉਹ ਕਬਜ਼ਾ ਉਹਨਾਂ ਲੋਕਾਂ ਦਾ ਛਡਾਈ ਦਾ ਜਿਨ੍ਹਾਂ ਨੇ ਜ਼ਮੀਨਾਂ ਤੇ ਕੀਤਾ ਉਹਨਾਂ ਦਾ ਕਬਜ਼ਾ ਨਹੀਂ ਛਡਾਈਦਾ ਜਿਨ੍ਹਾਂ ਨੇ ਘਰ ਆਪਦਾ ਘਰ ਪਾਇਆ ਜੇਕਰ ਆਪਾਂ ਕਹਿ ਦਿੰਨੇ ਆ ਸਰਕਾਰੀ ਥਾਂ ਪਹਿਲਾ ਨੰਬਰ ਤਾਂ ਮੈਂ ਇਹ ਕਹਿਣਾ ਜੇਕਰ ਪੰਜਾਬ ਤੋਂ ਕਬਜ਼ਾ ਛਡਾਉਣਾ ਤਾਂ ਤੁਸੀਂ ਇਹਨਾਂ ਦਾ ਕਬਜ਼ਾ ਛਡਾਓ ਜਿਹੜੇ ਦਿੱਲੀ ਵਾਲੇ ਕਰੀ ਬੈਠੇ ਆ ਜੇਕਰ ਪੰਜਾਬ ਤੋਂ ਕਰ ਜਿਹੜਾ ਮੈਂ ਕਰ ਜਾ ਮੈਂ ਕਹੀ ਇਹਨਾਂ ਨੂੰ ਮਾਫੀ ਚਾਹੁੰਨਾ ਜਿਹੜਾ ਕਬਜ਼ਾ ਜੇਕਰ ਕਬਜ਼ਾ ਛਡਾਉਣਾ ਹੀ ਆ ਤਾਂ ਦਿੱਲੀ ਵਾਲਿਆਂ ਦਾ ਛਡਵਾਓ ਜੇਕਰ ਕਬਜ਼ਾ ਛਡਵਾਉਣਾ ਤਾਂ ਰਾਗਵ ਚੱਡੇ ਵਰਗਿਆਂ ਦਾ ਛਡਵਾਓ ਪੰਜਾਬ ਦੀਆਂ ਸੀਟਾਂ ਤੇ ਰਾਜ ਸਭਾ ਮੈਂਬਰ ਬਣਿਆ ਕਿਹਨੇ ਬਣਾਇਆ ਸਾਡੀ ਸਰਕਾਰ ਨੇ ਬਣਾਇਆ ਤੇ ਜਿਹੜੀ ਸਾਡੀ ਸਰਕਾਰ ਆ ਉਹ ਸਾਡੇ ਹੀ ਬੰਦਿਆਂ ਨੂੰ ਕਾਈ ਜਾਂਦੀ ਆ ਮੈਂ ਤੁਹਾਨੂੰ ਮਿਊਜ਼ਿਕ ਬੰਦ ਕਰੂੰਗਾ ਕਿਉਂਕਿ ਪਿੱਛੇ ਉਹ ਚੈਨਲ ਵਾਲਿਆਂ ਨੇ ਮਿਊਜ਼ਿਕ ਲਾਇਆ ਤੇ ਜਿਹੜਾ ਕਹੋ ਮੈਂ ਤੁਹਾਨੂੰ ਬੰਦਾ ਕਿਵੇਂ ਰੋਈ ਜਾਂਦਾ ਉਹ ਵਿਖਾਉਂਗਾ ਇਹ ਲੋਕ ਹੈ ਕੌਣ ਜਿਨ੍ਹਾਂ ਨੇ ਜਿਹੜੇ ਕਹੋ ਕਬਜ਼ੇ ਕਰਕੇ ਬੈਠਿਆ ਸਰਕਾਰੀ ਥਾਵਾਂ ਤੇ ਇਹ ਉਹ ਲੋਕਾ ਜਿਨ੍ਹਾਂ ਦੀ ਦਿਹਾੜੀ 2 300 3 350 ਰੁਪਏ ਦਿਹਾੜੀ ਹੁੰਦੀ ਆ ਜਿਹਦੇ ਵਿੱਚੋਂ ਇਹਨਾਂ ਦਾ ਦਿਹਾੜੀ ਦਾ ਖਰਚਾ ਹੀ 300 400 ਰੁਪਏ ਖਰਚਾ ਹੁੰਦਾ ਤੇ ਜਿਹੜੇ ਇਹ ਬੰਦੇ ਆ ਤੁਸੀਂ ਮੈਨੂੰ ਇੱਕ ਗੱਲ ਦੱਸੋ ਇਹ ਜਿਹੜੇ ਬੰਦੇ ਆ ਇਹ ਆਪਦਾ ਘਰ ਚਲਾਉਣ ਕਿ ਘਰ ਬਣਾਉਣ ਕਿ ਮਕਾਨ ਪਾਉਣ ਕਿ ਇਹ ਥਾਂ ਲੈਣ ਜੇਕਰ ਗੱਲ ਆਉਂਦੀ ਆ ਕਿ ਭਾਈ ਸਾਹਿਬ ਇਹ ਸਰਕਾਰੀ ਕਬਜ਼ਿਆਂ ਦੀ ਤਾਂ ਗੱਲ ਮੈਂ ਇੰਨੀ ਤੁਹਾਨੂੰ ਦੱਸ ਦੇਵਾਂ ਕਿ ਜਿਹੜਾ ਇਹਨਾਂ ਦਾ ਕਬਜ਼ਾ ਉਹ ਕਿਸੇ ਦੀ ਜਗ੍ਹਾ ਤੇ ਨਹੀਂਗਾ ਜੇਕਰ ਸਰਕਾਰੀ ਥਾਂ ਜੇਕਰ ਉਹ ਥਾਂ ਸਰਕਾਰ ਦੀ ਆ ਤਾਂ ਮੈਂ ਇਹ ਵੀ ਦੱਸ ਦੇਵਾਂ ਕਿ ਜਿਹੜਾ ਭਾਈ ਸਾਹਿਬ ਇਹ ਲੋਕ ਆ ਇਹ ਵੀ ਸਰਕਾਰ ਦੇ ਆ ਤੇ ਇਹ ਲੋਕ ਹੀ ਆ ਜਿਹੜੇ ਸਰਕਾਰ ਨੂੰ ਬਣਾਉਂਦੇ ਆ ਤੇ ਜੇਕਰ ਅੱਜ ਲੋਕ ਲੱਜ ਲੋਕ ਬੈਠਿਆ ਤੁਹਾਡਾ ਫਰਜ ਬੰਦਾ ਕਿ ਉਹਨਾਂ ਨੂੰ ਪੰਜ ਪੰਜ 6 6 ਮਰ ਲਿਆ ਦਾ ਤੁਸੀਂ ਪਲਾਟ ਕੱਟ ਕੇ ਦਿਓ ਆ ਪੰਚਾਇਤੀ ਜ਼ਮੀਨਾਂ ਸਰਕਾਰੀ ਜ਼ਮੀਨਾਂ ਦਾ ਕਰਨਾ ਕੀ ਆ ਜੇਕਰ ਇੱਥੋਂ ਦੇ ਲੋਕ ਹੀ ਇੱਕ ਪਾਸੇ 7 15 ਅਗਸਤ ਨੂੰ 16 ਅਗਸਤ ਨੂੰ 14 ਅਗਸਤ ਨੂੰ ਝੰਡੇ ਲਵਾਏ ਜਾਂਦੇ ਆ ਕਿ ਝੰਡਾ ਲਾਓ ਅਸੀਂ ਇੰਡੀਆ ਨਾ ਗਏ ਕਹਿਣਗੇ ਆਪਾਂ ਕਹੋ ਤੁਸੀਂ ਸਿੱਧਾ ਕਹਿਣਗੇ ਗਰਭ ਨਾਲ ਕਹੋ ਤੁਸੀਂ ਹੌਸਲੇ ਨਾਲ ਕਹੋ ਤੁਸੀਂ ਮਾਨ ਨਾਲ ਕਹੋ ਕਿ ਤੁਸੀਂ ਪੰਜਾਬੀ ਆ ਤੁਸੀਂ ਮਾਨ ਨਾਲ ਕਹੋ ਕਿ ਤੁਸੀਂ ਇੰਡੀਆ ਨਾ ਤੇ ਦੂਜੇ ਪਾਸੇ ਸਾਡੇ ਦੇਸ਼ ਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਲੋਕਾਂ ਕੋਲ ਘਰ ਹੈ ਨਹੀਂਗੇ ਲੋਕਾਂ ਦੀ ਮਕਾਨਾਂ ਦੀਆਂ ਰਜਿਸਟਰੀਆਂ ਹੈ ਨਹੀਂਆਂ ਤੇ ਜਿਨ੍ਹਾਂ ਲੋਕਾਂ ਕੋਲ ਮਕਾਨ ਹੈ ਨਹੀਂਗੇ ਯਾਰ ਜੇ ਉਹ ਕਰ ਕਿਤੇ ਬੈਠੇ ਆ ਜੇ ਤੁਸੀਂ ਕੰਮ ਸੇ ਕੰਮ ਉਹਨਾਂ ਨੂੰ ਠਾਓ ਤਾਂ ਨਾ ਮੈਂ ਹੁਣ ਗੱਲ ਇੱਥੇ ਇਹ ਕਰਾਂ ਕਿ ਆ ਪੰਜਾਬ ਦਾ ਮੁੱਖ ਮੰਤਰੀ ਵੇਖ ਲਵੇ ਆ ਵੇਖੋ ਓ ਟੱਕਾ ਕਰਦੇ ਓਏ ਓ ਟੱਕਾ ਕਰਦੇ ਓਏ ਉਹ ਕਹਿੰਦਾ ਮੇਰਾ ਘਰ ਤੋੜਤਾ ਕੋਈ ਕੀ ਚੱਕ ਲੂਗਾ ਕੋਈ ਸੜਕਾਂ ਤੋਂ ਕੀ ਚੱਕ ਲੂਗਾ ਆ ਜਿਹੜਾ ਕਹ ਲੋ ਜੇ ਗੱਲ ਕਰ ਜਿਹੜੀਆਂ ਤੁਸੀਂ ਸਹੂਲਤਾ ਆ ਜਿਹੜੇ ਵੱਡੇ ਵੱਡੇ ਬਿਜ਼ਨਸਮੈਨਾਂ ਨੂੰ ਦਿੰਨੇ ਆ ਆ ਕੱਲ ਪਰਸੋਂ ਹੀ ਸਰਕਾਰ ਦੇ ਬਿਆਨ ਸੀ ਕਿ ਅਸੀਂ ਵਪਾਰੀਆਂ ਨੂੰ ਬੜੀ ਛੂਟ ਦੇਤੀ ਆ ਟੈਕਸ ਦੇ ਵਿੱਚ ਅਸੀਂ ਉਹਨਾਂ ਨੂੰ ਆ ਕਹਤਾ ਅਸੀਂ ਉਹਨਾਂ ਨੂੰ ਇਹ ਕਹਤਾ ਮੈਂ ਕਹਿੰਨਾ ਕੀ ਫਾਇਦਾ ਤੁਹਾਡੀਆਂ ਜਿਹੜੀਆਂ ਤੁਸੀਂ ਕਹਿੰਨੇ ਆ ਤੀਰਥ ਯਾਤਰਾ ਦਾ ਏ ਪੁੰਨਨੀ ਤੁਹਾਨੂੰ ਪਾਪ ਲੱਗਣਿਆ ਜਿਹੜਾ ਕਰੋੜਾ ਰੁਪਈਆ ਤੁਸੀਂ ਤੀਰਥ ਯਾਤਰਾ ਤੇ ਲਵਾਇਆ ਤੇ ਮੈਂ ਤੁਹਾਨੂੰ ਇਹ ਵੀ ਕਹਦਾ ਉਹੀ ਕਰੋੜਾ ਰੁਪਈਆ ਜਿਹੜੇ ਗਰੀਬ ਲੋਕ ਉਹਨਾਂ ਕੋਲ ਮਕਾਨ ਹੈ ਨਹੀਂਗੇ ਉਹਨਾਂ ਕੋਲ ਰਹਿਣ ਵਾਸਤੇ ਜਗ੍ਹਾ ਹੈ ਨਹੀਂਗੀ ਉਹਨਾਂ ਨੂੰ ਜਗ੍ਹਾ ਦੇ ਦਿੰਦੇ بڑے ਲੋਕ ਆ ਪੰਜਾਬ ਦੇ ਵਿੱਚ ਜਿਹੜੇ ਨਹਿਰਾਂ ਤੇ ਬੈਠੇ ਆ ਜਿਹੜੇ ਸਰਕਾਰੀ ਜ਼ਮੀਨਾਂ ਤੇ ਬੈਠੇ ਆ ਉਹ ਛੱਪਰ ਪਾਪਾ ਕੇ ਬੈਠੇ ਆ ਉਹ ਠੰਡਾਂ 'ਚ ਮਰਦੇ ਆ ਉਹ ਗਰਮੀਆਂ 'ਚ ਸੜਦੇ ਆ ਤੁਸੀਂ ਉਹ ਲੋਕਾਂ ਜੇ ਇਹਨਾਂ ਲੋਕਾਂ ਨੇ ਇਹਨਾਂ ਛੱਪੜ ਆਲਿਆਂ ਨੇ ਇਹਨਾਂ ਛੱਪੜਾਂ 'ਤੇ ਵੀ ਬੈਠੇ ਆ ਇਹਨਾਂ ਹੀ ਜਿਹੜੇ ਛੱਪੜਾਂ ਦੇ ਵਿੱਚ ਬੈਠੇ ਆ ਤੇ ਜਿਹੜੇ ਸੜਕਾਂ 'ਤੇ ਬੈਠੇ ਆ ਉਹਨਾਂ ਨੇ ਤੁਹਾਨੂੰ ਤੁਹਾਨੂੰ ਚੁਣਿਆ ਤੁਹਾਨੂੰ ਉਹਨਾਂ ਨੇ ਮਹਿਲ ਦੇਤੇ ਤੁਹਾਨੂੰ ਗਨਮੈਂਦ ਦੇਤੇ ਤੁਹਾਨੂੰ ਕੋਈ ਗਵਾਂਡੀ ਨਹੀਂ ਪੁੱਛਦਾ ਸੀ ਤੁਹਾਡੇ ਨਾਲ ਕੋਈ ਗਵਾਂਡੀ ਨਹੀਂ ਤੁਰਦਾ ਸੀ ਖੋਡੇ ਨਾਲ ਉਹਨਾਂ ਨੇ ਗਨਮੈਨ ਤੁਰਨ ਲਾਤੇ ਤੇ ਮੈਂ ਤੁਹਾਨੂੰ ਇਹ ਕਹੂੰਗਾ ਅੱਜ ਉਹਨਾਂ ਲੋਕਾਂ ਨੂੰ ਤੁਸੀਂ ਬੇਕਾਰ ਕਰੀ ਜਾਂਦੇ ਆ ਉਹ ਭਰਾਵੋ ਪੰਚਾਇਤੀ ਜ਼ਮੀਨਾਂ ਦਾ ਕਰਨਾ ਕੀ ਆ ਸੀ ਹਰ ਪਿੰਡ ਦੇ ਵਿੱਚ ਹਰ ਪਿੰਡ ਦੇ ਵਿੱਚ ਕੋਈ ਨਾ ਕੋਈ ਇਹੋ ਜਿਹਾ ਘਰਾ ਜਿਨ੍ਹਾਂ ਕੋਲ ਥਾਂ ਹੈ ਨਹੀਂਗਾ ਉਹ ਪੰਚਾਇਤੀ ਜਗ੍ਹਾ ਦੇ ਵਿੱਚ ਬੈਠੇ ਆ ਉਹ ਸਰਕਾਰੀ ਜਗ੍ਹਾ ਦੇ ਵਿੱਚ ਬੈਠੇ ਆ ਪਰ ਉਹ ਜਗ੍ਹਾ ਉਹਨਾਂ ਦੀ ਆ ਕਿਉਂ ਉਹਨਾਂ ਦੀ ਆ ਕਿਉਂਕਿ ਅਸੀਂ ਇਸ ਦੇਸ਼ ਦੇ ਆ ਜੇ ਜੇਕਰੋ ਜਗਾ ਸਰਕਾਰ ਦੀ ਆ ਤਾਂ ਸਰਕਾਰ ਲੋਕ ਚੁੰਦੇ ਆ ਫਿਰ ਲੋਕਾਂ ਦਾ ਇੰਨਾ ਵੀ ਹੱਕ ਹੈ ਨਹੀਂਗਾ ਕਿ ਉਹ ਥੋੜੀ ਜਿਹੀ ਜਗਾ ਦੇ ਵਿੱਚ ਬਹਿ ਸਕਣ ਤੇ ਮੈਂ ਤੁਹਾਨੂੰ ਇਹ ਵੀ ਕਹਿਣਾ ਜੇ ਕਬਜ਼ੇ ਛਡਾਉਣੇ ਆ ਅਮੀਰ ਲੋਕਾਂ ਦੇ ਕਬਜ਼ੇ ਹੋਏ ਪਏ ਆ ਤੁਸੀਂ ਛਡਾਓ ਕਬਜ਼ੇ ਕੀ ਤੋਂ ਛਡਾਉਣੇ ਆ ਜ਼ਮੀਨਾਂ ਤੋਂ ਛਡਾਓ ਕਬਜ਼ੇ ਉਹ ਜਿਹੜੇ ਗਰੀਬ ਬੈਠੇ ਆ ਜਿਵੇਂ ਕਹਿੰਦੇ ਆ ਜਾਨ ਸੱਪ ਚ ਵੀ ਹੁੰਦੀ ਆ ਜਾਨ ਹਾਥੀ ਚ ਵੀ ਹੁੰਦੀ ਆ जान रोजच हुं 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 भी हुंदी आ जान बकरे ते मुर्गेच भी हुंदी आ जान शेरच भी हुंदी आ मुर्गे नु ਧੌਣ ਤੋਂ ਫੜ ਲੈਨੇ ਆ ਬਕਰੇ ਨੂੰ ਕਾਬੂ ਕਰ ਲੈਨੇ ਆ ਉਹਨਾਂ ਦੀਆਂ ਧੌਣਾ ਵੜਦੇ ਆ ਸ਼ੇਰ ਦੇ ਕੋਈ ਦੂਰੋਂ ਵੇਖ ਕੇ ਵੀ ਭੱਜ ਜਾਂਦੇ ਆ ਸੱਪਾਂ ਤੋਂ ਡਰਦੇ ਮੰਜਿਆਂ ਤੇ ਚੜ ਜਾਂਦੇ ਆ ਵੀਡੀਓ ਆਉਂਦੀਆਂ ਕਿਉਂ ਕੀੜੀਆਂ ਨੂੰ ਮਸਲ ਦਿੰਨੇ ਆ ਕੀੜਿਆਂ ਨੂੰ ਮਸਲ ਦਿੰਨੇ ਆ ਕਿਉਂਕਿ ਪਤਾ ਕੀੜਿਆਂ ਤੋਂ ਤੁਹਾਨੂੰ ਖਤਰਾ ਕੋਈ ਨਹੀਂ ਕੀੜੀਆਂ ਤੋਂ ਤੁਹਾਨੂੰ ਖਤਰਾ ਕੋਈ ਨਹੀਂ ਮੁਰਗੀਆਂ ਤੋਂ ਤੁਹਾਨੂੰ ਖਤਰਾ ਕੋਈ ਨਹੀਂ ਬੱਕਰਿਆਂ ਤੋਂ ਤੁਹਾਨੂੰ ਖਤਰਾ ਕੋਈ ਨਹੀਂ ਛੇਰਾਂ ਤੋਂ ਖਤਰਾ ਤੁਹਾਨੂੰ ਪਤਾ ਸਾਨੂੰ ਖਾ ਜਾਣਗੇ ਸਾਡੇ ਪੱਲੇ ਕੱਖ ਨਹੀਂ ਰਹਿਣ ਦੇਣਾ ਅਸੀਂ ਤਾਂ ਕੀੜੇ ਆ ਚਾਹੇ ਸਾਨੂੰ ਆ ਧਰਤੀ ਵਾਲੇ ਸਮਝ ਲਓ ਚਾਹੇ ਨਾਲੀਆਂ ਵਾਲੇ ਸਮਝ ਲਓ ਜਿਹੜੇ ਤੁਸੀਂ ਸਾਨੂੰ ਮਸਲਦੇ ਆ ਇਹ ਜਿੰਨਾ ਲੋਕਾਂ ਕੋਲ ਰਹਿਣ ਨੂੰ ਥਾਂ ਹੈ ਨਹੀਂ ਉਹ ਜਾਨ ਕਿੱਥੇ ਮੈਂ ਸਰਕਾਰ ਨੂੰ ਪੁੱਛਦਾ ਜਿੰਨਾਂ ਕੋਲ ਕਬਜ਼ਿਆਂ ਦੀਆਂ ਜ਼ਮੀਨਾਂ ਛਡਾਓ ਵਕਾ ਬੋਰਡ ਦੀਆਂ ਜ਼ਮੀਨਾਂ ਛਡਾਓ ਜਿਹੜੀਆਂ ਸਰਕਾਰੀ ਜ਼ਮੀਨਾਂ ਬੋਲਦੀਆਂ ਥੋੜੇ ਇਹੋ ਜਿਹੇ ਕੁਝ ਲੀਡਰ ਹੀ ਬੈਠੇ ਆ ਜਿੰਨਾਂ ਕੋਲ ਜ਼ਮੀਨਾਂ ਹੋਣੀਆਂ ਸਰਕਾਰ ਦੀਆਂ ਕਦੇ ਕਿਸੇ ਤੇ ਕਬਜ਼ੇ ਹੋਣਗੇ ਪਹਿਲਾਂ ਉਹਨਾਂ ਤੋਂ ਛਡਵਾਓ ਆ ਲੋਕਾਂ ਤੋਂ ਕੀ ਛਡਵਾਉਨੇ ਆ ਜੇਕਰ ਜ਼ਮੀਨਾਂ ਛਡਾਉਣ ਨੂੰ ਪੈਣੇ ਆ ਜ਼ਮੀਨਾਂ ਦਾ ਕਰਨਾ ਕੀ ਆ ਪੁੱਤ ਸਾਡੇ ਮਰੀ ਜਾਂਦੇ ਆ ਚਿੱਟਿਆਂ ਦੇ ਨਾਲ ਪੁੱਤ ਸਾਡੇ ਬਾਹਰ ਜਾਈ ਜਾਂਦੇ ਆ ਜੇਕਰ ਕਬਜ਼ੇ ਛਡਾਉਣਾ ਪੰਜਾਬ ਤੋਂ ਪਹਿਲਾ ਭਰਾ ਦਾ ਕੇਸਰੀ ਆਲ ਤੋਂ ਕਬਜ਼ਾ ਛਡਾ ਦੇ ਜਿਹੜਾ ਤੇਰੇ ਤੇ ਕਰੀ ਬੈਠਾ ਕਦੇ ਜਹਾਜ਼ ਕਰਾਏ ਤੇ ਲੈਤੇ ਕਦੇ ਦੂਜੀਆਂ ਸਟੇਟਾਂ 'ਚ ਜਾ ਕੇ ਪ੍ਰਚਾਰ ਕਰਾਲੇ ਆ ਰਾਗ ਚੱਡੇ ਆ ਕਿਆਂ ਨੂੰ ਪੰਜਾਬ ਦੀਆਂ ਸੀਟਾਂ ਤੇ ਤੁਸੀਂ ਕੀ ਕੁਛ ਬਣਾਏ ਆ ਇਹ ਆਪਦੀਆਂ ਸੀਟਾਂ ਤੇ ਕਿਉਂ ਨਹੀਂ ਬਣੇ ਜੇਕਰ ਕਬਜ਼ੇ ਤਾਂ ਵੱਡੇ ਸਾਡੀ ਵਿਧਾਨ ਸਭਾ ਤੇ ਕਬਜ਼ੇ ਤਾਂ ਸਾਡੀਆਂ ਸੀਟਾਂ ਤੇ ਹੁੰਦੇ ਆ ਸਾਡੇ ਕਬਜ਼ੇ ਉਹ ਛਡਾਓ ਸਾਡੇ ਪੰਜਾਬ ਦੇ ਤੁਹਾਡੀਆਂ ਹੀ ਪਾਰਟੀਆਂ ਦੇ ਵਿੱਚ بڑے ਲੀਡਰ ਬੈਠੇ ਸੀ ਉਹਨਾਂ ਨੂੰ ਤੁਸੀਂ ਸੀਟਾਂ ਨਹੀਂ ਦਿੱਤੀਆਂ ਦਿੱਲੀ ਵਾਲੇ ਆ ਕੇ ਕੀ ਉਹ ਪੰਜਾਬ ਦੇ ਸੀ ਜੇ ਕਬਜ਼ੇ ਛਡਾਉਣੇ ਆ ਜਿਹੜੇ ਰਾਜਸਥਾਨ ਹਰਿਆਣੇ ਦੇ ਨੌਕਰੀ ਲਾਉਣੇ ਆ ਉਹਨਾਂ ਤੋਂ ਕਬਜ਼ੇ ਛਡਾਓ ਇਹ ਕਬਜ਼ੇ ਆ ਅਸਲੀ ਇਹ ਕਬਜ਼ੇ ਨਹੀਂ ਗੇ ਇਹ ਉਹ ਗਰੀਬ ਲੋਕ ਆ ਜਿਹੜੇ ਬਿਨਾਂ ਘਰਾਂ ਤੋਂ ਬੈਠੇ ਆ ਇਹ ਦਿਹਾੜੀਆਂ ਕਰਨ ਵਾਲੇ ਆ 300 400 ਚ ਪੂਰੀ ਨਹੀਂ ਪੈਂਦੀ ਕਿਸੇ ਦੀ ਪਰਾਵਾ ਦੁੱਧ 70 ਰੁਪਏ ਕਿਲੋ ਆ ਖੰਡ 40 42 ਰੁਪਏ ਕਿਲੋ ਆ ਨੂਨ ਮਿਰਚਾਂ ਦੀ ਗੱਲ ਕਰੀਏ 400 ਰੁਪਏ ਦੇ ਵਿੱਚ ਅੱਜ ਬੱਚਿਆਂ ਦੇ ਤੰਨ ਨਹੀਂ ਢੱਕੇ ਜਾਂਦੇ ਘਰ ਕਿੱਥੋਂ ਪਾਲਾਂਗੇ ਓਏ ਤਾਂ ਜਿਹੜੇ ਪਿੰਡਾਂ ਦੇ ਵਿੱਚ ਕੁਝ ਬਜ਼ੁਰਗਾਂ ਦੇ ਪੁਰਾਣੇ ਘਰ ਬਣਾਏ ਪਏ ਆ ਲੋਕ ਉਹਨਾਂ 'ਚ ਬੈਠੇ ਆ ਲੋਕਾਂ ਦੀਆਂ ਛੱਤਾਂ ਚੋਈ ਜਾਂਦੀਆਂ ਕਬਜ਼ੇ ਕਾਹਦੇ ਛਡਾਉਣੇ ਆ ਕਾਹਦੇ ਕਬਜ਼ੇ ਛਡਾਉਂਗੇ ਪੰਜਾਬ ਤੇ ਕਰਜ਼ੇ ਚੜਾਉਂਗੇ ਤੇ ਚੜਾਈ ਜਾਂਦੇ ਆ ਮੈਂ ਕਿਸੇ ਵੀ ਸਰਕਾਰ ਦਾ ਪੱਖ ਨਹੀਂ ਪੂਰਦਾ ਕਿਉਂਕਿ ਸਾਧੂ ਖੜਾ ਬਾਜ਼ਾਰ ਮੈਂ ਸਭ ਕੀ ਮੰਗੇ ਖੈਰ ਨਾ ਕਿਸੇ ਨਾਲ ਦੋਸਤੀ ਨਾ ਕਿਸੇ ਨਾਲ ਵੈਰ ਮੈਨੂੰ ਸਾਰੇ ਇੱਕੋ ਜਿਹੇ ਆ ਮੈਂ ਤੇ ਕਹਿਣਾ ਕਿ ਤੁਸੀਂ ਗੱਲਾਂ ਕਰਦੇ ਆ ਆ ਜਿਹੜਾ ਤੁਸੀਂ ਕਰੋੜਾ ਰੁਪਿਆ ਤੀਰਥ ਯਾਤਰਾ ਤੇ ਲਾਇਆ ਕਰੋੜਾ ਰੁਪਿਆ ਬੈਨਰੇ ਤੇ ਲਾਇਆ ਕੀ ਗੱਲ ਕੇਸਰੀਵਾਲ ਨੇ ਆਪਦੇ ਪੱਲੂ ਲਾਇਆ ਕਰੋੜਾ ਰੁਪਿਆ ਇਹਨੇ ਕੇਸਰੀਵਾਲ ਨੇ ਆਪਦੇ ਜਿਹੜਾ ਕਹਿੰਦਾ ਬੰਗਲਾ ਸੀ ਪੁਰਾਣਾ ਉਹਦੇ ਤੇ ਲਾਇਆ 97 ਲੱਖ ਰੁਪਏ ਦੇ ਪਰਦੇ ਮੈਣੀਆਂ ਦਾ ਜਿਹੜੇ ਇੰਡੀਆ ਚੈਨਲ ਆ ਮੀਡੀਆ ਚੈਨਲਾਂ ਤੇ ਜਾ ਕੇ ਵੇਖੋ ਕਰੋੜਾਂ ਰੁਪਈਆਂ ਦੀਆਂ ਫਰਸ਼ਾਂ ਲਵਾਈਆਂ ਕਹਿੰਦੇ ਸੀ 40-45 ਕਰੋੜ ਰੁਪਈਆ ਇਹਨੇ ਆਪਦੇ ਪੁਰਾਣੇ ਬੰਗਲੇ ਤੇ ਲਾਇਆ ਆਪਦੇ ਆਪ ਨੂੰ ਲੀਡਰ ਕਹਿੰਨੇ ਆ ਫਿੱਟੇ ਲੰਨਤਾ ਇਹੋ ਜੇ ਲੀਡਰਾਂ ਤੇ ਲੀਡਰ ਸੀ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਨੇ ਲੋਕਾਂ ਨੂੰ ਬਚਾਉਣ ਪਿੱਛੇ ਆਪਦੇ ਘਰ ਕੁਰਬਾਨ ਕੀਤੇ ਲੀਡਰ ਸੀ ਉਦਮ ਸਿੰਘ ਔਰੀ ਜਿਨ੍ਹਾਂ ਨੇ ਆਪ ਦੀਆਂ ਜਿਨ੍ਹਾਂ ਕਹਿ ਲੋ ਜਵਾਨੀਆਂ ਭਰੀਆਂ ਜਵਾਨੀਆਂ ਤਿਆਗ ਤੀਆਂ ਲੋਕਾਂ ਪਿੱਛੇ ਜਿਨ੍ਹਾਂ ਨੇ ਲੀਡਰੀ ਕੀਤੀ ਆ ਉਹ ਲੀਡਰੀ ਸੀ ਇਹ ਲੀਡਰੀ ਨਹੀਂ ਗਈ ਤੁਸੀਂ ਆਪ ਦੇ ਆਪ ਨੂੰ ਪੰਜਾਬ ਦੀ ਲੜਾਈ ਲੜਨ ਵਾਲੇ ਕਹਿੰਨੇ ਆ ਜਿਨ੍ਹਾਂ ਨੇ ਪੰਜਾਬ ਦੀਆਂ ਲੜਾਈਆਂ ਲੜੀਆਂ ਉਹਨਾਂ ਨੂੰ ਜੇਲ੍ਹਾਂ ਹੋਈਆਂ ਕੇਸਰੀਵਾਲ ਨੂੰ ਕਦੋਂ ਜੇਲ੍ਹ ਹੋਈ ਆ ਭਗਵੰਤ ਮਾਨ ਨੂੰ ਕਦੋਂ ਜੇਲ੍ਹ ਹੋਈ ਆ ਤੈਨੂੰ ਤਾਂ ਬੰਗਲੇ ਮਿਲੇ ਆ ਇਹਨੂੰ ਗਨਮੈਨ ਮਿਲੇ ਆ ਉਹ ਇਹਦੇ ਨਾਲ ਤਾਂ ਸਿਕਿਉਰਟੀਆਂ ਚੱਲਦੀਆਂ ਤਨਖਾਹਾਂ ਚੱਲਦੀਆਂ ਭਗਤ ਸਿੰਘ ਹੋਰਾਂ ਦੀ ਕਿਹੜੀ ਤਨਖਾਹ ਸੀ ਉਦਮ ਸਿੰਘ ਨੂੰ ਕੌਣ ਤਨਖਾਹ ਦਿੰਦਾ ਸੀ ਮੈਨੂੰ ਜਵਾਬਤਾ ਦਿਓ ਭਰਾਵਾ ਜਿਹੜੇ ਲੋਕਾਂ ਦੇ ਘਰ ਆ ਮੈਂ ਕਹਿੰਨਾ ਅੱਧੇ ਜਿਹੜਾ ਕਹੋ ਲਗਭਗ 30% ਲੋਕ ਆ ਜਿਹੜਾ ਸਰਕਾਰੀ ਜਗ੍ਹਾ ਤੇ ਬੈਠੇ ਆ ਉਹਨਾਂ ਕੋਲ ਰਹਿਣ ਨੂੰ ਥਾਂ ਹੈਣੀਗਾ ਇਹ ਜਿਹੜਾ ਕਹੋ ਚਰਨ ਜੀ ਚੰਨੀ ਨੇ ਗੱਲ ਕਹੀ ਸੀ ਕਿ ਅਸੀਂ ਘਰ ਘਰ ਦੀ ਰਜਿਸਟਰੀ ਕਰਨੀ ਆ ਉਹ ਕਰਾ ਦੋ ਕਰਾਓ ਕਿਉਂ ਨਹੀਂ ਕਰਾਉਂਦੇ ਕਿਹੜੀ ਗੱਲੋਂ ਨਹੀਂ ਕਰਾਉਂਦੇ ਕਿ ਗਰੀਬ ਆਪਦੇ ਬੱਚਿਆਂ ਦੀਆਂ ਜਿਹੜੇ ਠੁੱਠੇ ਸੱਚੇ ਪਰਚਾਂ 'ਚ ਫਸਦਾ ਜਮਾਨਤਾ ਕਰਾ ਲੈਣਗੇ ਕਿਉਂ ਨਹੀਂ ਕਰਾਉਂਦੇ ਰਜਿਸਟਰੀਆਂ ਮਕਾਨਾਂ ਦੀਆਂ ਕੀ ਗੱਲੋਂ ਲੋਨ ਚੱਕ ਕੇ ਆਪਦੇ ਘਰ ਬਣਾ ਲੈਣਗੇ ਭਰਾਵੋ ਜਿਹੜੇ ਲੋਕ ਸਰਕਾਰੀ ਜਗ੍ਹਾ ਤੇ ਬੈਠੇ ਆ ਉਹਨਾਂ ਕੋਲ ਜਿੰਨਾਂ ਕੋਲ ਰਹਿਣ ਨੂੰ ਥਾਂ ਜਮਾ ਹੈ ਨਹੀਂ ਬਿਲਕੁਲ ਹੈ ਨਹੀਂ ਉਹਨਾਂ ਲੋਕਾਂ ਦੇ ਕਬਜ਼ੇ ਤਾਂ ਛਡਾਏ ਜਾ ਰਹੇ ਆ ਪਰ ਜਿਨ੍ਹਾਂ ਦੇ ਜ਼ਮੀਨਾਂ ਤੇ ਆ ਉਹ ਛਡਾਓ ਜੇ ਪੰਗੇ ਲੈਣੇ ਤਗੜੇ ਬੰਦਿਆਂ ਨਾਲੋ ਆ ਜਦੋਂ ਇੱਥੋਂ ਕਬਜ਼ਾ ਛਡਵਾਉਣਾ ਸੀ ਫੈਕਟਰੀ ਜੈਰੀਲੀ ਸ਼ਰਾਬ ਦਾ ਜਿਹੜੀ ਆ ਆ ਜੀਰੇ ਕੋਲੇ ਆ ਉਦੋਂ ਤੱਕ ਕਿਸੇ ਨੇ ਕਬਜ਼ਾ ਨਹੀਂ ਉਲਟਾ ਪੰਜਾਬ ਦੇ ਕਿਸਾਨਾਂ ਤੇ ਮਜ਼ਦੂਰਾਂ ਨੂੰ ਕੁੱਟਿਆ ਸਾਡੀਆਂ ਧੀਆਂ ਭੈਣਾਂ ਨੂੰ ਸੜਕਾਂ ਤੇ ਧੱਕੇ ਮਾਰੇ ਬਜ਼ੁਰਗਾਂ ਦੇ लाठी ਚਾਰਜ ਕਰਾਏ ਪਰਚੇ ਪਵਾਏ ਉਦੋਂ ਤਾਂ ਨਹੀਂ ਤੁਸੀਂ ਠਾ ਸਕੇ ਉਹਨਾਂ ਨੂੰ ਬਾਅਦ ਦੇ ਵਿੱਚ ਫੈਸਲਾ ਲਿਆ ਤੇ ਧਰਨੇ ਹਲੇ ਵੀ ਕਹਿੰਦੇ ਲਾਗੂ ਹੀ ਉੱਥੇ ਚੱਲੀ ਜਾਂਦਾ ਧਰਨਾ ਇਸ ਕਰਕੇ ਬਾਈ ਗਰੀਬ ਲੋਕਾਂ ਵੱਲ ਧਿਆਨ ਦਿੱਤਾ ਜਾਵੇ ਆ ਕਰੋੜਾ ਰੁਪਇਆ ਜਿਹੜੀਆਂ ਤੀਰਥਾਂ ਯਾਤਰਾਾਂ ਤੇ ਲਾ ਰਹੇ ਆ ਚੁੱਪ ਕਰਕੇ ਕਰੋੜਾ ਰੁਪਇਆ ਦੇ ਲੋਕਾਂ ਨੂੰ ਘਰ ਬਣਾ ਦਿਓ ਬੜਾ ਫਾਇਦਾ ਹੋਊਗਾ ਲੋਕਾਂ ਦਾ ਤੀਰਥ ਤੇ ਉਹ ਬੰਦਾ ਤੀਰਥ ਵਧੀਆ ਜਾਊਗਾ ਜਿਹਦਾ ਘਰ ਪੈਜੇ ਤੇ ਜਿਹਦਾ ਜਾਂਤੀ ਪੁੱਤ ਨਸ਼ਿਆਂ ਤੋਂ ਬਾਜੇ ਜਾਂ ਜਿਹਨੂੰ ਰਹਿਣ ਨੂੰ ਮਕਾਨ ਮਿਲ ਜੇ ਜਾਂ ਉਹਨੂੰ ਥਾਂ ਮਿਲ ਜੇ ਉਹ ਤੀਰਥ ਯਾਤਰਾ ਵਧੀਆ ਵੇਖ ਲੂਗਾ ਇੰਨੀ ਕੁ ਤੁਹਾਡੇ ਅੱਗੇ ਬੇਨਤੀ ਆ ਲੋਕਾਂ ਨੂੰ ਘਰ ਦਿਓ ਲੋਕਾਂ ਕੋਲ ਘਰ ਰਹਿਣਗੇ ਯਾਤਰਾ ਤੇ ਉਹ ਜਾਉਣਗੇ ਕਮਾਈਆਂ ਧਮਾਈਆਂ ਕਰਕੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਲੋਕਾਂ ਨੇ ਸਰਕਾਰ ਬਣਾਈ ਸੀ ਕਿ ਸਾਡੇ ਕੰਮ ਕਰੂਗੀ ਪਰ ਜਿਹੜੇ ਹੋਏ ਸੀ ਲੋਕਾਂ ਦੇ ਇਹ ਵੀ ਗਾਲ ਤੇ ਬਦਲਾ ਲਿਆਂਦਾ ਤੁਸੀਂ ਲਿਆਂਦਾ ਆ ਫਿਰ ਬਠਿੰਡੇ ਵਾਲਿਆਂ ਨੇ ਧੋਬੀਆਂ ਨਾਲ ਬਸਤੀ ਨੇ ਬਦਲਾ ਦੇਖ ਲਿਆ ਹੋਣਾ ਜਿਨ੍ਹਾਂ ਦੇ ਘਟ ਆਏ ਸਵੇਰ 4 ਵਜੇ ਨੂੰ ਦੇਖ ਲਿਆ ਬਦਲਾ ਕਈਆਂ ਦੇ ਘਟ ਆਣੇ ਆ ਕਈਆਂ ਦੇ ਜਿਹੜੇ ਰੋਡ ਜਿਹੜੇ ਚੱਲਣੇ ਆ ਇੱਥੇ ਬਲਡੋਜ਼ਰ ਚੱਲਣੇ ਆ ਇਹ ਬਦਲਾ ਲਈ ਆ ਹੋ ਜੇ ਇਹ ਬਦਲਾ ਸੀ ਇਹ ਸੀ ਥੋੜੀ ਸਰਕਾਰ ਐਸਸੀ ਭਾਈਚਾਰਾ ਬੜਾ ਖੁਸ਼ ਹੋਇਆ ਇਹਨੇ ਆਖਿਆ ਬੜਾ ਸਾਡਾ ਸਵਾਰੂਗਾ ਕੁਝ ਥੋੜੀਆਂ ਹੀ ਜੜੀਆਂ ਐਸਸੀ ਕਮਿਸ਼ਨਰ ਮੈਂਬਰ ਹੁੰਦੇ ਆ ਥੋੜੀਆਂ ਹੀ ਪੋਸਟਾਂ ਨੇ ਜੜੀਆਂ ਕੱਲ ਉਰਾ ਪੁਰਾ ਕਰਤੀਆਂ ਅਮ੍ਰਿਤਮਾਨ ਦੇ ਪਿਓ ਦਾ ਜਿਹੜਾ ਕੱਲੋ ਐਸਸੀ ਸਰਟੀਫਿਕੇਟ ਬਣਾਇਆ ਉਹਦਾ ਮੁੰਡਾ ਜਿਹੜਾ ਖਾੜੇ ਇਹਨਾਂ ਦੇ ਕੋਲ ਆਉਂਦਾ ਤੁਸੀਂ ਕੁਝ ਨਹੀਂ ਕਰ ਸਕਦੇ ਇਹਦਾ ਜੋ ਤੁਸੀਂ ਕੁਝ ਨਹੀਂ ਕਰ ਸਕਦੇ ਸਰਕਾਰ ਤੁਹਾਡੇ ਖਿਲਾਫ ਚੱਲ ਰਹੀ ਆ ਪੱਖ ਚ ਨਹੀਂ ਚੱਲ ਰਹੀ ਯਾਦ ਰੱਖ ਲਓ ਗੱਲ ਕਿੱਥੇ ਆ ਡਿਪਟੀ ਸੀਐਮ ਐਸਸੀ ਭਾਈਚਾਰੇ ਦਾ ਕਿੱਥੇ ਆ ਕਿੱਥੇ ਆ ਕੇਦਰੀਆ ਸਾਹਿਬ ਦੱਸੋ ਕਿੱਥੇ ਆ ਕਿਤੇ ਨਹੀਂ ਆਏਗਾ ਇਹ ਥੋੜੇ ਇਹ ਅੱਜ ਬਣਾਓ ਅੱਜ ਪੰਜਾਬ ਦੇ ਲੋਕਾਂ ਦੇ ਘਰ ਬਣਾਓ ਤੁਸੀਂ ਤੁਸੀਂ ਤਾਂ ਨਹੀਂ ਬਦਲਾ ਲਿਆਵਾਂਗੇ ਆ ਜਿਹੜਾ ਕਰੋੜਾ ਰੁਪਇਆ ਬੈਨਰਾਂ ਤੇ ਲਾਇਆ ਇਹ ਤੁਸੀਂ ਲੋਕਾਂ ਤੇ ਲਾਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ